ਇੱਕ ਸਵਾਲ ਕਰਦੇ ਹਾਂ ਅਸੀਂ ਇੱਥੇ ਕਿ ਘਾਹ ਕੀ ਹੁੰਦਾ। ਉਹ ਆਮ ਜਿਹੀ ਚੀਜ਼ ਜੋ ਸਾਡੇ ਆ ਪੈਰਾਂ ਥੱਲੇ ਰੁਲਦੀ ਹੁੰਦੀ ਹੈ, ਪਰ ਕਲਾਕਾਰ ਹਰ ਚੀਜ਼ 'ਚ ਕਲਾ ਲੱਭ ਲੈਂਦੇ ਨੇ, ਇਬਾਦਤ ਲੱਭ ਲੈਂਦੇ ਨੇ। ਅਤੇ ਹੁਣ ਇੱਕ ਨਜ਼ਰ ਇੱਥੇ ਮਾਰੋ, ਇੱਕ ਓਂਕਾਰ ਗਿਆਨ ਪ੍ਰਾਪਤੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਮੂੰਹੋਂ ਉਚਾਰਿਆ ਜਪਜੀ ਸਾਹਿਬ ਦਾ ਪਹਿਲਾ ਲਫ਼ਜ਼ ਕਿ ਖੁਦਾ ਇੱਕ ਹੈ। ਅਤੇ ਇਸ ਇੱਕ ਓਂਕਾਰ ਨੂੰ ਤੁਸੀਂ ਯਕੀਨ ਮੰਨਿਓ ਘਾਹ ਦੇ 1100 ਤਿਣਕਿਆਂ ਦੇ ਨਾਲ 11000 ਵਾਰ ਮੋੜ ਕੇ, ਉਹ ਵੀ ਅੱਖਾਂ 'ਤੇ ਪੱਟੀ ਬੰਨ੍ਹ ਕੇ ਹੱਥਾਂ ਨਾਲ ਬਣਾਇਆ ਗਿਆ। ਜੀ ਹਾਂ, ਅਤੇ ਕਲਾਕਾਰੀ ਹੈ ਅਭਿਸ਼ੇਕ ਚੌਹਾਨ ਨਾਂ ਦੇ ਇਸ ਕਲਾਕਾਰ ਦੀ। ਇਹ ਦੁਰਲਭ ਸ਼੍ਰੀ ਏਕ ਓਂਕਾਰ ਸਾਹਿਬ ਦਾ ਚਿੰਨ੍ਹ ਹੁਣ ਸ਼੍ਰੀ ਸੁਲਤਾਨਪੁਰ ਲੋਧੀ ਗੁਰਦੁਆਰਾ ਸ਼੍ਰੀ ਬੇਰ ਸਾਹਿਬ 'ਚ ਸੁਸ਼ੋਭਿਤ ਹੋਵੇਗਾ। ਅਤੇ ਇਸ ਦੇ ਬਾਰੇ ਖੁਦ ਇਸ ਕਲਾਕਾਰ ਅਭਿਸ਼ੇਕ ਚੌਹਾਨ ਦਾ ਕੀ ਕਹਿਣਾ ਸੀ, ਆਓ ਤੁਹਾਨੂੰ ਸੁਣਾਉਂਦੇ ਹਾਂ। ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ ਗ੍ਰਾਸ ਆਰਟਿਸਟ ਅਭਿਸ਼ੇਕ ਕੁਮਾਰ ਚੌਹਾਨ, ਜੋ ਕਿ ਰਾਜਪੁਰ ਦਾ ਰਹਿਣ ਵਾਲਾ, ਮੇਰੇ ਵੱਲੋਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਸ਼੍ਰੀ ਏਕ ਓਂਕਾਰ ਸਾਹਿਬ ਦੀ ਦਾਤ ਬਖਸ਼ੀ ਗਈ ਹੈ, ਜੋ ਕਿ ਸ਼੍ਰੀ ਬੇਰ ਸਾਹਿਬ ਬਾਬਾ ਜੀ ਦੀ ਚਰਨ ਛੋਹ ਧਰਤੀ ਸੁਲਤਾਨਪੁਰ ਲੋਧੀ ਭੇਟ ਕੀਤਾ ਜਾਣਾ ਹੈ। ਇਸੇ ਸਦਕਾ ਰਾਜਪੁਰਾ ਦੇ ਵੱਖ ਵੱਖ ਗੁਰਦੁਆਰਾ ਸਾਹਿਬਾਂ ਵਿੱਚ ਸ਼੍ਰੀ ਏਕ ਓਂਕਾਰ ਸਾਹਿਬ ਦੇ ਸੰਗਤ ਨੂੰ ਦਰਸ਼ਨ ਕਰਾਏ ਜਾ ਰਹੇ ਹਨ। ਤੇ ਇਹ ਸ਼੍ਰੀ ਏਕ ਓਂਕਾਰ ਸਾਹਿਬ ਘਾਹ ਦੇ 1100 ਤਿਣਕਿਆਂ ਨੂੰ ਇਸਤੇਮਾਲ ਕਰਕੇ 11000 ਵਾਰ ਮੋੜ ਦੇ ਕੇ, ਉਹ ਵੀ ਅੱਖਾਂ ਦੀ ਪੱਟੀ ਬੰਨ ਕੇ ਬਣਾਇਆ ਗਿਆ ਹੈ। ਤੇ ਇਹ ਏਕ ਓਂਕਾਰ ਸਾਹਿਬ ਬਹੁਤ ਹੀ ਜ਼ਿਆਦਾ ਦੁਰਲਭ ਹੈ, ਤਾਂ ਮੈਂ ਸਾਧ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਇਹ ਸ਼੍ਰੀ ਏਕ ਓਂਕਾਰ ਸਾਹਿਬ ਦੇ ਜੇ ਤੁਸੀਂ ਦਰਸ਼ਨ ਕਰਨਾ ਚਾਹੁੰਦੇ ਹਾਂ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਸ਼ੇਅਰ ਕਰੋ, ਤਾਂ ਕਿ ਇਸ ਵੀਡੀਓ ਨਾਲ ਸ਼੍ਰੀ ਏਕ ਓਂਕਾਰ ਸਾਹਿਬ ਦੇ ਵੀ ਦਰਸ਼ਨ ਹੋਣ। ਤੇ ਜੇ ਤੁਸੀਂ ਦਰਸ਼ਨ ਕਰਨਾ ਚਾਹੁੰਦੇ ਹਾਂ ਤਾਂ ਉਹਨਾਂ ਨੂੰ ਦਰਸ਼ਨ ਕਰਨ ਵਾਸਤੇ ਸ਼੍ਰੀ ਸੁਲਤਾਨਪੁਰ ਲੋਧੀ ਬਾਬਾ ਜੀ ਦੀ ਚਰਨ ਛੋਹ ਧਰਤੀ ਸ਼੍ਰੀ ਬੇਰ ਸਾਹਿਬ ਜਾਣਾ ਪਏਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਟਿਆਲਾ ਤੋਂ ਅਨੁਰਾਗ ਸ਼ਰਮਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। 4 ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ UK, ਆਇਲਸ ਨਾਲ ਜਾਂ ਬਿਨਾਂ ਆਇਲਸ ਤੋਂ। ਇੱਕ ਵਾਰ ਫਲਾਈਰਾਈਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ, ਜਾਂ ਸਾਨੂੰ ਕਾਲ ਕਰੋ 98156005085 'ਤੇ।